ਮੇਰੇ ਪਾਕਿਸਤਾਨੀ ਹੋ ਜਿਹੜਾ ਬਲੋਚਿਸਤਾਨ ਦੇ ਵਿੱਚ ਖੁਦਕਸ਼ ਹਮਲਾ ਹੋਇਆ ਹੈ ਸਾਡੇ ਜਿਹੜੇ ਤਾਕਤਾ ਵਾਲੇ ਨੇ ਨਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ دہشت گردਾਂ ਨੂੰ ਅਸੀਂ ਉਹਨਾਂ ਦੇ ਇਨਜਾਮ ਤੱਕ ਪਚਾਵਾਂਗੇ ਠੀਕ ਹੈ ਨਾ ਜੀ ਤੇ ਤੁਸੀਂ ਸ਼ਾਇਦ ਪਾਕਿਸਤਾਨੀਓ ਭੁੱਲ ਗਏ ਹੋ ਜਾਂ ਤੁਹਾਨੂੰ ਯਾਦ ਹੋਏਗਾ ਕਿ ਕੁਝ ਮਹੀਨੇ ਪਹਿਲੇ 2 ਮਹੀਨੇ ਪਹਿਲੇ ਜਦੋਂ ਉਹ ਖੁੱਸੇ ਦੇ ਮੂੰਹ ਵਾਲੇ ਕੋਦੇ ਡੀਜੀਆਈਐਸਪੀਆਰ ਨੇ ਨੇ ਜਿਹੜਾ ਆਪਣਾ ਕਰਕੇ ਆਇਆ ਸੀ ਤੇ ਉਹਨੇ ਫੇਰ ਕਾਨਫਰੰਸ ਕੀਤੀ ਸੀ ਨਾ ਉਹਨੇ ਕਿਹਾ ਸੀ ਕਿ ਸਾਡੀ ਇਜਾਜ਼ਤ ਤੋਂ ਬਗੈਰ ਸਾਡੀ ਇਜਾਜ਼ਤ ਤੋਂ ਬਗੈਰ ਨਾ ਮੁਲਕ ਦੇ ਵਿੱਚੋਂ ਲੋਕ ਬਾਹਰ ਜਾ ਸਕਦੇ ਨੇ ਨਾ ਕੋਈ ਮੁਲਕ ਦੇ ਅੰਦਰ ਆ ਸਕਦਾ ਹੁਣ ਪਾਕਿਸਤਾਨੀ ਉਹ ਤੁਹਾਡੀ ਆਪਣੀ ਸੋਚ ਏ ਹੁਣ ਤੁਹਾਡੀ ਆਪਣੀ ਸੋਚ ਏ ਕਿ ਮੈਂ ਦੇਖਣਾ ਤੁਸੀਂ ਸੋਚ ਕਿੱਥੋਂ ਤੱਕ ਸੋਚਦੇ ਹੋ ਮੈਂ ਆਪਣੇ ਇਸ ਵੀਡੀਓ ਦੇ ਨਾਲ ਤਿੰਨ ਗਰਦਾਰ ਜਿਹੜੇ ਮਤਲਬ ਤੁਸੀਂ ਸੋਚ ਲਓ ਕਿ ਅੱਖਾਂ ਤੇ ਪੱਟੀ ਬੰਨ੍ਹ ਵੰਨ ਲਵੋ ਨਾ ਤੇ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਤਿੰਨ ਜਿਹੜੇ ਖਰਦਾਰ ਨੇ ਨਾ ਇਹ ਇਹਨਾਂ ਦੀ ਕਾਰਸਤਾਨੀ ਹੈ ਇਹਨਾਂ ਨੇ ਖੁਦਕੁਸ਼ ਹਮਲਾ ਕਰਵਾਇਆ ਹੈ ਔਰ ਇਹ ਤਿੰਨੋਂ ਦੇ ਤਿੰਨੋਂ ਜਿਹਦਾ ਇੱਕ ਦਾ ਨਾਂ ਰੇ ਨਾਂ ਹੈ ਮਨੀਰ ਚੁਸਕੀ ਦਾਬਾਰ ਇੱਕ ਹੈਗਾ ਨਦੀਮ ਅੰਜਮ ਜਿਹੜਾ ਚਰਸੀਆ ਸ਼ਰਾਬੀਆ ਤੇ ਜ਼ਨਾਇਕਾਰ ਉਹਨੂੰ ਔਰਤ ਕਿ ਉਹਦੇ ਨਾਲ ਜ਼ਨਾਹ ਕਰ ਲਿੰਦਾ ਹੈ ਉਹ ਇਨਕ ਸਿੱਕ ਆਦਮੀ ਹੈ ਔਰ ਤੀਸਰਾ ਡਰਟੀ ਹੈਰੀ ਡਰਟੀ ਹੈਰੀ ਜਿਹੜਾ ਨਾ ਇਨਾਂ ਦੋਵਾਂ ਦੀਆਂ ਧੀਆਂ ਤੇ ਪੈਣਾ ਬੀਵੀਆਂ ਨੇ ਜਿਹੜੀਆਂ ਉਹਨਾਂ ਨੂੰ ਤੇ ਸੌਂਦਾ ਹੈ ਇਹ ਦੋਨੋਂ ਪੇਸ਼ ਕਰਦੇ ਨੇ ਨਦੀਮ ਜਿਹਨੂੰ ਪਹਿਲੋਂ ਆ ਡਰਟੀ ਹੈਰੀ ਕੋਲ ਉਠਕਵਾਉਂਦਾ ਇਹ ਜਿਹੜੇ ਤਿੰਨ ਗਰਦਾਰ ਨੇ ਨਾ ਮੈਂ ਤੁਹਾਨੂੰ ਚੈਲੰਜ ਕਰਨੀ ਆ ਚੈਲੰਜ ਮੈਂ ਚੈਲੰਜ ਕਰਨੀ ਆ ਪੂਰੇ ਪਾਕਿਸਤਾਨ ਨੂੰ ਕਿ ਅਗਰ ਇਹਨਾਂ ਤਿੰਨਾ ਗਰਦਾਰਾਂ ਨੂੰ ਫਾਂਸੀ ਦਿੱਤੀ ਜਾਏ ਨਾ ਤੇ ਪਾਕਿਸਤਾਨ ਤਰੱਕੀ ਵੱਲੇ ਵੀ ਚਲਾ ਜਾਏਗਾ ਪਾਕਿਸਤਾਨ ਤੋਂ دہشت گردی ਵੀ ਖਤਮ ਹੋ ਜਾਏਗੀ ਪਾਕਿਸਤਾਨ ਦੇ ਵਿੱਚੋਂ ਬੇਇਨਸਾਫੀ ਜ਼ੁਲਮ اور ਜੋ ਕੁਝ ਵੀ ਇਸ ਵਕਤ ਹੋ ਰਿਹਾ ਹੈ ਨਾ ਸਾਰੇ ਦਾ ਸਾਰਾ ਖਤਮ ਹੋ ਜਾਏਗਾ ਲੇਕਿਨ ਉਹਦੇ ਵਾਸਤੇ ਨਾ 5 ਕਰੋੜ عوام ਜਿਹੜੀ ਹੈ ਨਾ ਉਹਨਾਂ ਨੂੰ ਬਾਹਰ ਨਿਕਲਣਾ ਪੈਣਾ ਹੈ 5 ਕਰੋੜ عوام ਤੁਹਾਨੂੰ ਬਾਹਰ ਨਿਕਲਣਾ ਪੈਣਾ ਕਿਉਂਕਿ ਇਹ ਉਹ ਤਿੰਨ ਗਰਦਾਰ ਨੇ ਇਹ ਤਿੰਨ ਉਹ دہشت ਗਰਦ ਨੇ ਜਿਨ੍ਹਾਂ ਦੀ ਤਸਵੀਰ ਮੇਰੇ ਇਸ ਵੀਡੀਓ ਦੇ ਵਿੱਚ ਲੱਗੀ ਹੈ ਨਾਲ ਲੱਗੀ ਹੈ ਇਹ ਤਿੰਨ دہشت ਗਰਦ ਨੇ ਸਾਡੇ ਮੁਲਕ ਦੇ ਵਿੱਚ ਜਿਹੜੇ ਧੰਧਨਾ ਰਹੇ ਨੇ ਸਾਡੇ ਫੋਈ ਦੀ ਸਾਡੀ ਇੱਜ਼ਤਦਾਰ ਵਰਦੀ ਪਾ ਕੇ ਨਾ ਉਹਦੇ ਪਿੱਛੇ ਖੜੇ ਹੋ ਕੇ ਨਾ دہشت گردੀ ਕਰ ਰਹੇ ਨੇ ਔਰ ਇਹੇ ਬਬਤਬਾਕੇ ਵੀ ਕਰ ਰਹੇ ਨੇ ਤੁਸੀਂ ਇਸ ਚੀਜ਼ ਨੂੰ ਮੰਨੋ